ਅਸਲਾਮ ਵਾਲੇਕੁਮ ਦੋਸਤੋ, ਉਸਮਾਨ ਐਗਰੀਕਲਚਰ 'ਚ ਵੈਲਕਮ ਕਰਦੇ ਹਾਂ। ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ ਅਤੇ ਗੱਲਾਂ ਮੰਡੀ ਦੀ ਕੀ ਸੂਰਤ ਹਾਲ ਆ ਤੁਹਾਡੇ ਦੋਸਤਾਂ ਦੇ ਨਾਲ 'ਚ ਸ਼ੇਅਰ ਕਰਦੇ ਹਾਂ। ਮਾਸ਼ਾਅੱਲਾ ਮੱਕੀ ਦੇ ਢੇਰ ਲੱਗੇ ਪਏ ਆ, ਇੱਧਰ ਦੂਸਰੀ ਸਾਈਡ 'ਤੇ ਤੁਸੀਂ ਉਹ ਗੰਦਮ ਦੇਖਦੇ ਪਏ ਹੋ ਮੇਰੀ ਬੈਕ ਸਾਈਡ 'ਤੇ। ਗੰਦਮ ਦਾ ਕੀ ਰੇਟ ਆ, ਕਿੰਨਾ ਇਜ਼ਾਫਾ ਹੋਇਆ, ਬਾਕੀ ਮਕਈ ਕੀ ਰੇਟ ਵੇਖਦੀ ਪਈ ਆ, ਸਰੋਂ ਦਾ ਕੀ ਰੇਟ ਆ, ਉਸ ਤੋਂ ਬਾਅਦ ਤਿਲ ਵੀ ਮੰਡੀ ਦੇ ਅੰਦਰ ਬੜੀ ਮਕਦਾਰ ਦੇ ਅੰਦਰ ਆ ਰਹੇ ਆ। ਤਿਲ ਉਹ ਆ ਰਹੇ ਆ ਜਿਹੜੇ ਦੋਸਤਾਂ ਨੇ ਰੱਖੇ ਹੋਏ ਸੀਗੇ ਵੀ ਅਸੀਂ 25,000 ਰੁਪਏ ਵੇਚਣੇ ਆ, ਲੇਕਿਨ ਉਹ ਅੱਜ ਕੀ ਰੇਟ 'ਤੇ ਵੇਚ ਕੇ ਜਾ ਰਹੇ ਤੁਹਾਡੇ ਦੋਸਤਾਂ ਨਾਲ ਮੈਂ ਰੇਟ ਸ਼ੇਅਰ ਕਰਨ ਲੱਗਾ ਵਾਂ। ਇਸ ਤੋਂ ਪਹਿਲੇ ਮੇਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ, ਜੇ ਦੋਸਤ ਚੈਨਲ 'ਤੇ ਨਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ, ਤਾਂ ਕਿ ਹਰ ਵੀਡੀਓ ਤੁਹਾਨੂੰ ਦੋਸਤਾਂ ਨੂੰ ਮਿਲਦੀ ਰਹੇ। ਹੁਣ ਆਪਾਂ ਚੱਲਦੇ ਹਾਂ ਮੰਡੀ ਦੀ ਤਰਫ, ਵੀਡੀਓ ਰੇਟ ਦੱਸਦੇ ਹਾਂ ਤੁਹਾਨੂੰ, ਬਾਕੀ ਜਨਾਬ ਦੀ ਸੂਰਤ ਹਾਲ ਦਿਖਾਉਂਦੇ ਹਾਂ। ਤੁਸੀਂ ਦੇਖਦੇ ਪਏ ਹੋ ਮੱਕੀ ਲੱਥੀ ਜਾਂਦੀ ਆ, ਮਾਸ਼ਾਅੱਲਾ ਮੱਕੀ ਵੀ ਬੜੀ ਮਕਦਾਰ ਦੇ ਅੰਦਰ ਮੰਡੀ ਦੇ ਅੰਦਰ ਆ ਰਹੀ ਆ। ਆ ਤੁਸੀਂ ਇੱਧਰ ਢੇਰ ਮੱਕੀ ਦੇ ਲੱਗੇ ਦੇਖਦੇ ਹੋ, ਪਰ ਦੂਸਰੀ ਸਾਈਡ 'ਤੇ ਲੱਗੀ ਹੋਈ ਗੰਦਮ ਆ। ਜੋ ਤਾਂ ਜਿਹੜੀ ਮੱਕੀ ਮੰਡੀ ਦੇ ਅੰਦਰ ਆ ਰਹੀ ਆ ਬਿਲਕੁਲ ਖੁਸ਼ਕ ਆ, ਸਾਫ਼ ਸੁਥਰੀ ਆ। ਤਕਰੀਬਨ ਅੱਜ ਰੇਟ ਜਿਹੜਾ ਵਾ ਪਹਿਲੇ ਨਾਲੋਂ ਬਿਹਤਰ ਨਜ਼ਰ ਆ ਰਿਹਾ ਵਾ। ਅੱਜ ਜਿਹੜਾ ਮੱਕੀ ਦਾ ਰੇਟ ਆ ਤਕਰੀਬਨ 1600 ਤੋਂ ਸਟਾਰਟ ਹੁੰਦਾ ਵਾ, 2180-2190 ਰੁਪਏ ਤੱਕ ਫਰੋਖਤ ਹੋ ਰਿਹਾ ਵਾ। ਆ ਤੁਸੀਂ ਗੰਦਮ ਦੇਖਦੇ ਪਏ ਹੋ, ਗੰਦਮ ਮੰਡੀ ਦੇ ਅੰਦਰ ਆ ਰਹੀ ਆ, ਲੇਕਿਨ ਪਹਿਲੇ ਦੀ ਨਿਸਬਤ ਕਮ ਹੋ ਗਈ ਆ, ਕਿਉਂਕਿ ਕਿਸਾਨ ਭਾਈਆਂ ਨੇ ਜਿਨ੍ਹਾਂ ਨੇ ਵੇਚਣੀ ਸੀ ਵੇਚਦੀ ਆ। ਹੁਣ ਬਹੁਤ ਵਿਰਲੀ ਯਾਨੀ ਕਿ ਬਹੁਤ ਕਮ ਮਕਦਾਰ ਦੇ ਅੰਦਰ ਮੰਡੀ ਦੇ ਅੰਦਰ ਜਿਹੜੀ ਗੰਦਮ ਆ ਉਹ ਆ ਰਹੀ ਆ। ਅਗਰ ਗੱਲ ਕੀਤੀ ਜਾਵੇ ਦੋਸਤੋ ਤਿਲ ਤਿਲੀ ਜਿਹੜੀ ਆ 25,000 ਵਾਲੀ ਦੋਸਤਾਂ ਨੇ ਵੇਚਣੀ ਸੀ, ਉਹ ਵਿਚਾਰੇ ਹੁਣ ਇਸ ਟਾਈਮ 11,000 ਤੋਂ ਲੈ ਕੇ 13,300 ਰੁਪਏ ਤੱਕ ਵੇਚ ਕੇ ਜਾ ਰਹੇ ਆ। ਟੋਪ ਰੇਟ ਜਿਹੜਾ ਤਿਲ ਤਿਲੀ ਆ ਉਹ 13,300 ਰੁਪਈਆ। ਇਸੇ ਤਰ੍ਹਾਂ ਗੱਲ ਕੀਤੀ ਜਾਵੇ ਸਰਸੋਂ ਦੀ, ਜਿਹੜੀ ਸਰਸੋਂ ਆ ਉਹਦੇ ਅੰਦਰ ਅੱਜ ਕੁਛ ਨਾ ਕੁਛ ਕਮੀ ਦੇਖਣ ਨੂੰ ਮਿਲਦੀ ਪਈ ਆ, 100-200 ਰੁਪਈਆ। ਤਕਰੀਬਨ ਅੱਜ 5,800-5,900 ਰੁਪਈਆ ਜਿਹੜੀ ਆ ਸਰਸੋਂ ਆ ਸਾਫ਼ ਸੁਥਰੀ ਉਹ ਫਰੋਖਤ ਹੋ ਰਹੀ ਆ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਦੋਸਤੋ ਗੰਦਮ ਦੀ, ਗੰਦਮ ਜਿੱਦਾਂ ਜਿਹੜਾ ਅੱਜ ਦਾ ਰੇਟ ਆ ਤਕਰੀਬਨ 2600 ਤੋਂ ਲੈ ਕੇ 2800 ਰੁਪਏ ਤੱਕ, ਜ਼ਿਆਦਾਤਰ ਜਿਹੜੀ ਆ ਗੰਦਮ ਉਹ ਮੰਡੀ ਦੇ ਅੰਦਰ 2790-2780 ਰੁਪਏ ਤੱਕ ਫਰੋਖਤ ਹੋ ਰਹੀ ਹੈ। ਇਸੇ ਤਰ੍ਹਾਂ ਅਗਰ ਦੋਸਤੋ ਆਪਾਂ ਗੱਲ ਕਰੀਏ ਕਪਾਹ ਦੀ, ਕਪਾਹ ਮੰਡੀ ਦੇ ਅੰਦਰ ਬਹੁਤ ਕਮ ਮਿਕਦਾਰ ਦੇ ਅੰਦਰ 1-2 ਢੇਰੀ ਆਈ ਆ। ਜਿਹੜਾ ਉਹਦਾ ਰੇਟ ਵਾ ਉਹ ਤਕਰੀਬਨ 11,000 ਤੋਂ ਲੈ ਕੇ 11,500 ਰੁਪਏ ਤੱਕ ਫਰੋਖਤ ਹੋ ਰਹੀ ਆ। ਇਹ 240 ਕਿਲੋਗ੍ਰਾਮ ਦਾ ਵਜ਼ਨ ਤੁਹਾਨੂੰ ਮੈਂ ਦੱਸਿਆ ਵਾ, ਅਤੇ ਮੀਆਂ ਚੰਨੂ ਗੱਲਾਂ ਮੰਡੀ ਦਾ ਰੇਟ ਦੱਸਿਆ ਵਾ। ਬਾਕੀ ਤੁਹਾਡਾ ਕਿਹੜਾ ਇਲਾਕਾ ਵਾ, ਤੁਹਾਡੇ ਇਲਾਕੇ ਦੇ ਅੰਦਰ ਗੰਦਮ ਦਾ, ਮੱਕੀ ਦਾ, ਸਰੋਂ ਦਾ, ਤਿਲ ਦਾ ਕੀ ਰੇਟ ਆ, ਤੁਸੀਂ ਮੈਨੂੰ ਕਮੈਂਟ ਬੋਕਸ 'ਚ ਲਾਜ਼ਮੀ ਦੱਸਣਾ ਵਾ। ਆਪਾਂ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਮਿਲਾਂਗੇ। ਦੋਸਤੋ ਜਿਹੜਾ ਮੁੰਜੀ ਆ ਤਕਰੀਬਨ 4,000 ਤੋਂ ਲੈ ਕੇ 5,000 ਰੁਪਏ ਤੱਕ ਫਰੋਖਤ ਹੋ ਰਹੀ ਆ।